ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੁਕੋੜਾ ਕਿਸਾਨਾਂ ਨੇ ਸੀਐਮ ਮਨੋਹਰ ਲਾਲ ਖੱਟੜ ਨੂੰ ਲੱਡੂ ਖੁਆਏ ਨੇ ਇਹ ਚਰਚਾ ਦੇ ਵਿੱਚ ਇਸ ਵੇਲੇ ਗੱਲ ਬਣੀ ਹੋਈ ਹੈ ਉਹਨਾਂ ਨੂੰ ਵੀ ਲੱਡੂਆਂ ਦਾ ਸਵਾਦ ਚਖਣ ਦਾ ਮੌਕਾ ਮਿਲਿਆ ਕਿਉਂਕਿ ਕਿਹਾ ਜਾ ਰਿਹਾ ਸੀ ਇਸ ਚੀਜ਼ ਤੋਂ ਸੀਐਮ ਮਨੋਹਰ ਲਾਲ ਖੱਟੜ ਥੋੜਾ ਜਿਹਾ ਨਿਰਾਸ਼ ਚੱਲ ਰਹੇ ਸੀਗੇ ਕਿ ਜਦੋਂ ਗੰਨੇ ਦਾ ਰੇਟ ਪੰਜਾਬ ਵਾਲੇ ਨੇ ਵਧਾਇਆ ਤਾਂ ਸਯੁਕਤ ਕਿਸਾਨ ਮੋਰਚੇ ਨੇ ਲੱਡੂ ਕਿਉਂ ਖਵਾਏ ਇਸ ਨੂੰ ਲੈ ਕੇ ਗੱਲਾਂ ਵੀ ਕਾਫੀ ਬਣੀਆਂ ਵੀ ਕਿਉਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਉਹਦਾ ਹੱਥ ਇਸ ਅੰਦੋਲਨ ਦੇ ਪਿੱਛੇ ਹੈ ਇਹ ਤਾਂ ਪਹਿਲਾਂ ਤੋਂ ਕਿਹਾ ਜਾ ਰਿਹਾ ਸੀ ਹਾਲਾਂਕਿ ਉਦੋਂ ਕਹਿੰਦੇ ਵੀ ਹੁਣ ਤਾਂ ਸਾਨੂੰ ਪੁਸ਼ਟੀ ਹੋ ਗਈ ਕਿਉਂਕਿ ਸਯੁਕਤ ਕਿਸਾਨ ਮੋਰਚੇ ਵੱਲੋਂ ਦੀ ਜਿਹੜੇ ਮੇਨ ਆਗੂ ਨੀਵਲਬੀਰ ਸਿੰਘ ਰਾਜੇਵਾਲ ਤੇ ਉਹਨਾਂ ਦੇ ਨਾਲ ਮਨਜੀਤ ਰਾਏ ਸੀਗੇ ਜਿਨ੍ਹਾਂ ਨੇ ਲੱਡੂ ਖਵਾਏ ਸੀ ਕੈਪਟਨ ਅਮਰਿੰਦਰ ਤਾਂ ਹੁਣੇ ਲੱਗਦਾ ਵੀ ਗੰਨੇ ਦਾ ਰੇਟ ਸੀਐਮ ਮਨੋਹਰ لال ਖੱਟਣ ਨੇ ਵੀ ਤਾਂ ਹੀ ਵਧਾਇਆ ਸੀ ਕਿ ਉਹਨਾਂ ਨੂੰ ਵੀ ਕੋਈ ਲੱਡੂ ਆ ਕੇ ਖਵਾਵੇ ਤਾਂ ਇਸ ਕਰਕੇ ਪਿਛਲੇ ਦਿਨਾਂ 'ਚ ਤੁਸੀਂ ਸੁਣਿਆ ਵੀ ਉਹਨਾਂ ਨੇ ਗੰਨੇ ਦਾ ਰੇਟ ਵਧਾ ਕੇ 362 ਰੁਪਏ ਕਰਤਾ ਪਰ ਤੁਹਾਨੂੰ ਇਹ ਦੱਸ ਦਈਏ ਕਿ ਇਹ ਜਿਹੜੇ ਲੱਡੂ ਸੀਐਮ ਮਨੋਹਰ لال ਖੱਟਣ ਨੂੰ ਖਵਾਏ ਗਏ ਨੇ ਇਹ ਸਯੁਕਤ ਕਿਸਾਨ ਮੋਰਚੇ ਵੱਲੋਂ ਨਹੀਂ ਖਵਾਏ ਗਏ ਬਲਕਿ ਜੱਥੇਬੰਦੀ ਬੀਕੇਯੂ ਭੁਪਿੰਦਰ ਮਾਨ ਵੱਲੋਂ ਦੀ ਖਵਾਏ ਗਏ ਨੇ ਇਹ ਉਹੀ ਜਥੇਬੰਦੀ ਹੈ ਜਿਨੇ ਕਿ ਇਹ ਕਿਹਾ ਸੀ ਕਿ ਇਹ ਅੰਦੋਲਨ ਜਿਹੜਾ ਕਿਸਾਨਾਂ ਦਾ ਚੱਲ ਰਿਹਾ ਹੈ ਇਹਨਾਂ ਨੂੰ ਖਤਮ ਕਰੋ ਸੀਐਮ ਮਨੋਹਰ لال ਖੱਟਰ ਨੇ ਸਪੈਸ਼ਲ ਮੀਟਿੰਗ ਕੀਤੀ ਸੀ ਸਪੈਸ਼ਲ ਮੀਟਿੰਗ ਕਰਕੇ ਇਹ ਗੱਲ ਕਹੀ ਸੀ ਵੀ ਆਂ ਅੰਦੋਲਨ ਨੂੰ ਛੇਤੀ ਖਤਮ ਕਰਵਾਓ ਨਹੀਂ ਤਾਂ ਅਸੀਂ ਇਸ ਤੋਂ ਵੀ ਵੱਡਾ ਅੰਦੋਲਨ ਖੜਾ ਕਰਾਂਗੇ ਇਸ ਤੋਂ ਵੀ ਵੱਡਾ ਇਕੱਠ ਕਰਾਂਗੇ ਕਿ ਇਹ ਅੰਦੋਲਨ ਜਿਹੜਾ ਹੈ ਉਹ ਖਤਮ ਹੋਣਾ ਚਾਹੀਦਾ ਤਾਂ ਉਸ ਜਥੇਬੰਦੀ ਨੇ ਅੱਜ ਸੀਐਮ ਮਨੋਹਰ لال ਖੱਟਰ ਨੂੰ ਮਿਠਾਈ ਖੁਆਈ ਹੈ ਇਹ ਕੋਈ ਇਸ ਕਰਕੇ ਨਹੀਂ ਸੀਗਾ ਕਿ ਜਿਹੜਾ ਕਰਨਾਲ ਦਾ ਮੋਰਚਾ ਹੈ ਉਹ ਮੋਰਚਾ ਉਹ ਫਤਿਹ ਹੋ ਗਿਆ ਜਾਂ ਉਸ ਦੇ ਜਤ ਜੜੀਆਂ ਉਹ ਹੋਈ ਐ ਮੰਗਾ ਜੜੀਆਂ ਨੇ ਉਹ ਕਿਸਾਨਾਂ ਦੀਆਂ ਮੰਗੀਆਂ ਮੰਨੀਆਂ ਗਈਆਂ ਨੇ ਤਾਂ ਇਸ ਕਰਕੇ ਜਿਹੜੇ ਕਿਸਾਨ ਨੇ ਉਹਨਾਂ ਨੇ ਲੱड्डੂ ਖੱਟੜ ਸਾਹਿਬ ਨੂੰ ਖੁਆਏ ਨੇ ਪਰ ਇਹ BKU ਮਾਨਨੇ ਖੁਆਇਨੇ ਜਾਪਦਾ ਇਦਾਂ ਹੀ ਹੈ ਕਿ ਸ਼ਾਇਦ ਉਹ ਵੀ ਲੱਡੂਆਂ ਦਾ ਸਵਾਦ ਲੈਣਾ ਚਾਹੁੰਦੇ ਸੀ ਜਦੋਂ ਗੰਨੇ ਦਾ ਰੇਟ ਉਹਨਾਂ ਨੇ ਵਧਾਇਆ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਦਾ ਮੂੰਹ ਮਿੱਠਾ ਕਰਵਾਣ ਕੋਈ ਨਹੀਂ ਗਿਆ ਤਾਂ ਉਹਨਾਂ ਨੇ ਉਹੀ ਜੱਥੇਬੰਦੀ ਜਿਹੜੀ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਆਪਣੀ ਜੱਥੇਬੰਦੀ ਹੈ ਇੱਕ ਤਰੀਕੇ ਦੇ ਨਾਲ ਇਹਨਾਂ ਦਾ ਹੀ ਸਾਥ ਦਿੰਦੀ ਹੋਈ ਨਜ਼ਰ ਆਉਂਦੀ ਹੈ ਸਪੈਸ਼ਲ ਮੀਟਿੰਗ ਕਰਦੀ ਹੈ ਕਿ ਇਹਨਾਂ ਨੂੰ ਅੰਦੋਲਨ ਨੂੰ ਇਕੱਠਾ ਕਰੋ ਇਹਨਾਂ ਨੂੰ ਅੰਦੋਲਨ ਨੂੰ ਖਤਮ ਕਰੋ ਨਹੀਂ ਤਾਂ ਇਸ ਤੋਂ ਵੱਡਾ ਅੰਦੋਲਨ ਕਰਾਂਗੇ ਉਹਨਾਂ ਨੇ ਜਾ ਕੇ ਉਹਨਾਂ ਦੇ ਮੂੰਹ ਦੇ ਵਿੱਚ ਲੱਡੂ ਪਾਏ ਨੇ ਲੱਡੂਆਂ ਦਾ ਸਵਾਦ ਉਹਨਾਂ ਨੂੰ ਗੰਨੇ ਦਾ ਰੇਟ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਧਰਨਾ ਲੱਗਾ ਜਦੋਂ ਉਸ ਤੋਂ ਬਾਅਦ 360 ਰੁਪਏ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਪੰਜਾਬ ਇਹੋ ਜਿਹਾ ਸੂਬਾ ਬਣ ਗਿਆ ਸੀ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਗੰਨੇ ਦਾ ਰੇਟ ਦਿੱਤਾ ਜਾ ਰਿਹਾ ਸੀ ਉਸ ਤੋਂ ਕੁਝ ਸਮਾਂ ਬਾਅਦ ਹੀ ਜਿਹੜੇ ਸੀਐਮ ਮਨੋਹਰ لال ਖੱਟੜ ਨੇ ਉਹਨਾਂ ਨੇ ਗੰਨੇ ਦਾ ਰੇਟ ਵਧਾਤਾ 2 ਰੁਪਏ ਪੰਜਾਬ ਨਾਲੋਂ ਜ਼ਿਆਦਾ ਕਰਤਾ 362 ਰੁਪਏ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਹਰਿਆਣਾ ਜਿਹੜਾ ਹੈ ਉਹ ਇਹੋ ਜਿਹਾ ਸੂਬਾ ਬਣ ਗਿਆ ਪਹਿਲਾ ਜੋ ਕਿ ਸਭ ਤੋਂ ਜ਼ਿਆਦਾ ਗੰਨੇ ਦਾ ਰੇਟ ਇਸ ਵੇਲੇ ਦੇ ਰਿਆ ਇਸ ਮੌਕੇ ਸੀਐਮ ਮਨੋਹਰ ਲਾਲ ਖੱਟੜ ਨੇ ਕੀ ਕੁਝ ਕਿਹਾ ਕਾਂਗਰਸੀਆਂ ਦੇ ਉੱਤੇ ਨਿਸ਼ਾਨੇ ਵੀ ਸਾਦੇ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੇ ਹੈਗੇ ਆ ਉਹਨਾਂ ਨੇ ਹੀ ਰੇਟ ਜਿਹੜਾ ਸਭ ਤੋਂ ਜ਼ਿਆਦਾ ਪਹਿਲਾਂ ਵੀ ਦਿੱਤਾ ਹੋਇਆ ਸੀ ਤੇ ਹੁਣ ਵੀ ਅਸੀਂ ਸਭ ਤੋਂ ਜ਼ਿਆਦਾ ਰੇਟ ਦੇ ਰਹੇ ਹਾਂ ਸੋ ਇੱਥੇ ਇਹ ਚੀਜ਼ਾਂ ਦਾ ਜ਼ਰੂਰ ਕਲੀਅਰ ਕਰਦੀ ਏ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੀ ਲੱਡੂ ਜਿਹੜੇ ਨਹੀਂ ਖਵਾਏ ਗਏ ਬਲਕਿ ਬੀਕੇਯੂ ਭੁਪਿੰਦਰ ਮਾਨ ਵੱਲੋਂ ਦੀ ਮਨੋਹਰ ਲਾਲ ਖੱਟੜ ਨੂੰ ਇਹ ਲੱਡੂ ਖਵਾਏ ਗਏ ਨੇ ਹਮੇਸ਼ਾ ਹ किसानों के हित में लगातार चाहे हमारी केंद्र सरकार नरेंद्र मोदी जी के नेतृत्व में चाहे हरियाणा में हमेशा किसानों के हित में लगातार काम कर रहे हैं चाहे उनकी फसल कैसे ज्यादा हो कैसे उसकी बिक्री हो प्रक्योरमेंट ठीक हो एमएसपी उसको बढ़ाने का काम हर साल खरीफ की फसलें अलग से रबी की फसलें अलग से और उसमें विशेष बात यह है कि फसल के यानी लगाने से पहले फसल की बुआई से पहले उसका एमएसपी घोषित करना ये हमारे ही समय में हुआ है पहले कांग्रेस के समय में तो फसल जिस फसल का एमएसपी घोषित करते थे वो फसल बुआई होकर के पक करके मंडियों में आने की स्थिति हो जाती थी तब जाकर के एमएसपी देते थे किसान के पास कोई चारा नहीं होता था उसको स्वीकार करने के अलावा हम बुआई से पहले इसलिए देते हैं किसान निर्णय कर सके कि मुझे कौन सी फसल की बुआई करनी है